ਪਹਾੜਾਂ ਦੇ ਬਰਾਬਰ ਬੱਦਲ ਖੜੇ ਆ। ਚਾਹ ਪੀਣ ਲੱਗੇ ਨੇ, ਸਾਰਾ ਹੋਟਲ ਹੋਟਲ ਹੀ ਘੇਰ ਲਿਆ ਵਾ, ਕੋਈ ਕਿੱਥੇ ਬੈਠਾ ਕੋਈ ਕਿੱਥੇ ਖੜਾ ਵਾ। ਚਾਹ ਪੀਣ ਦਾ ਤਰੀਕਾ ਸਾਡਾ ਭਾਈ ਆ ਬੱਬਰ ਸ਼ੇਰ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋ, ਚੜ੍ਹਦੀ ਕਲਾ 'ਚ। ਹਾਂਜੀ ਆਪਾਂ ਵੀ ਠੀਕ ਐਨ ਵਧੀਆ ਯਾਰ। ਪਹਿਲੀ ਗੱਲ, ਮੌਸਮ ਇੰਨਾ ਘੈਂਟ ਬਣਿਆ ਹੋਇਆ ਨਾ, ਪੂਰਾ ਵਧੀਆ ਘੱਟੋ ਘੱਟ ਅੱਜ ਮੈਂ ਚੌਥਾ ਦਿਨ ਹੈ ਲਗਾਤਾਰ ਮੀਂਹ ਪਈ ਜਾ ਰਿਹਾ। ਦੇਖੋ ਇੰਨੀ ਤੇਜ਼ ਹਵਾ ਚੱਲ ਰਹੀ ਆ ਨਾ, ਬਹੁਤ ਜ਼ਿਆਦਾ ਬੱਦਲ ਹੋਏ, ਦੇਖੋ ਕਿੰਨਾ ਬਣਿਆ ਹੋਇਆ ਅਤੇ ਬਹੁਤ ਹਵਾ ਚੱਲ ਰਹੀ ਆ, ਵਧੀਆ ਠੰਡਾ ਮਾਹੌਲ ਬਣਿਆ। ਅਤੇ ਫਾਈਨਲੀ ਅੱਜ ਉਹ ਦਿਨ ਆ ਗਿਆ ਜੀ, ਜਿਹੜਾ ਕਿ ਮੈਂ ਕਾਫੀ ਟਾਈਮ ਤੋਂ ਉਡੀਕ ਕਰ ਰਿਹਾ ਸੀਗਾ ਅਤੇ ਕਾਫੀ ਟਾਈਮ ਤੋਂ ਪਲੈਨਿੰਗ ਕਰਕੇ ਰੱਖੀ ਸੀ। ਅਤੇ ਅੱਜ ਆਪਾਂ ਜਾ ਰਹੇ ਹਾਂ ਟ੍ਰਿਪ ਸ਼੍ਰੀ ਹੇਮਕੁੰਟ ਸਾਹਿਬ ਜੀ, ਅਤੇ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਯਾਰ। ਟਾਈਮ ਹੋ ਗਿਆ 9 ਵੱਜ ਗਏ ਨੇ, 9 ਵਜੇ ਦਾ ਟਾਈਮ ਸੀਗਾ ਘਰੋਂ ਨਿਕਲਣ ਦਾ, ਅਤੇ ਸ਼ਾਇਦ 10 ਕੁ ਵਜੇ ਨਿਕਲਾਂਗੇ ਸਾਰੇ ਜਾਣੇ ਅਤੇ ਘਰੋਂ ਨਿਕਲਣਾ ਵਾ। 16 ਜਾਣੇ ਆਪਾਂ ਹੈਗੇ ਹਾਂ ਸਾਰੇ, ਕਿਉਂਕਿ ਨਾਲੇ ਸੈਕਿੰਡ ਥਿੰਗ ਇਹ ਹੈ ਕਿ ਜੇ ਇੱਥੇ ਮੀਂਹ ਪੈ ਕੇ ਮੌਸਮ ਠੰਡਾ ਹੋ ਗਿਆ ਤਾਂ ਓਬੀਅਸਲੀ ਉੱਥੇ ਹੇਮਕੁੰਟ ਸਾਹਿਬ ਵੀ ਤਾਂ ਯਾਰ ਬਹੁਤ ਜ਼ਿਆਦਾ ਮੌਸਮ ਠੰਡਾ ਹੋ ਜਾਣਾ ਵਾ। ਵੈਸੇ ਵੀ ਜਿਹੜਾ ਹੁਣ ਅੱਜ 25 ਸਪਤੰਬਰ ਹੈਗੀ ਆ, ਅਤੇ ਮਤਲਬ ਆਹ ਦਿਨਾਂ 'ਚ ਮਤਲਬ ਅਕਤੂਬਰ 'ਚ ਤਾਂ ਮਤਲਬ ਕਪਾਟ ਬੰਦ ਹੋ ਜਾਂਦੇ ਆ ਹੇਮਕੁੰਟ ਸਾਹਿਬ ਦੇ, ਮਤਲਬ ਆਹੀ ਦਿਨਾਂ 'ਚ ਆਖਰੀ ਦਿਨ ਨੇ ਮਤਲਬ ਉੱਥੇ ਦਰਸ਼ਨ ਕਰਨ ਦੇ, ਅਤੇ ਫਿਰ ਬੰਦ ਹੋ ਜਾਣਾ ਕਪਾਟ ਅਤੇ ਆਪਾਂ ਆਖਰੀ ਦਿਨਾਂ ਨੂੰ ਚੱਲੇ ਹਾਂ। ਅਤੇ ਜਿਨ੍ਹਾਂ ਦੇ ਨਾਲ ਮੈਂ ਜਾ ਰਿਹਾ ਵਾਂ ਉਹ ਹਰ ਸਾਲ ਜਾਂਦੇ ਨੇ, ਅਤੇ ਆਪਾਂ ਬਲੈਰੋ ਗੱਡੀ 'ਚ ਜਾਵਾਂਗੇ, ਤੁਹਾਨੂੰ ਮਿਲਾਵਾਂਗੇ ਉਹਨਾਂ ਨਾਲ ਵੀ। ਠੀਕ ਆ, ਮੈਂ ਚੱਲਿਆ ਦੂਜੀ ਵਾਰੀ ਚੱਲਿਆ ਵਾਂ, ਪਹਿਲਾਂ ਮੈਂ ਗਿਆ ਸੀ 2019 'ਚ, ਅਤੇ ਹੁਣ ਆਪਾਂ ਚੱਲੇ ਹਾਂ 2022 ਸਪਤੰਬਰ ਨੂੰ। ਬਲੌਗ 'ਚ ਬਣੇ ਰਹੋ ਮੇਰੇ ਨਾਲ, ਠੀਕ ਹੈ, ਲਾਈਕ ਕਰਿਓ, ਕਮੈਂਟ ਸੈਕਸ਼ਨ 'ਚ ਕਮੈਂਟ ਵੀ ਕਰ ਦਿਓ, ਲਾਈਕ ਕਰ ਦਿਓ ਬਲੌਗ ਨੂੰ, ਸਬਸਕ੍ਰਾਈਬ ਕਰਿਓ ਚੈਨਲ ਨੂੰ, ਠੀਕ ਹੈ ਜੀ। ਅਤੇ ਬਸ 10 ਕੁ ਵਜੇ ਤੁਰਦੇ ਹਾਂ ਅਤੇ ਦੇਖਦੇ ਹਾਂ ਕੀ ਮਾਹੌਲ ਆ। ਹਲਕੀ ਹਲਕੀ ਬਾਰਿਸ਼ ਹੋ ਰਹੀ ਆ, ਬਟ ਜਾਣਾ ਹੀ ਜਾਣਾ। ਜਿਨ੍ਹਾਂ ਕੋਲ ਲਾ ਗਿਆ ਜਾਨਕੀ ਪ੍ਰਭ ਆ ਕੇ ਅਰਦਾਸ, ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ, ਸ੍ਰੀ ਭਗਵਤੀ ਪਾਤਸ਼ਾਹੀ ਪ੍ਰਥਮ ਭਗਵਤੀ ਸੁਬਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਦੇ ਅਮਦਾਸ ਰਾਮ ਦਾਸ ਹੋਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਜੀ ਸਰਬਤ ਦਾਸ ਪਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਉਹ ਵੀਰੇ ਕਾਗਜ਼ ਕਿਹਦੇ ਕੋਲ ਆ? ਉਹ ਲੋਈ ਤਿਆਰੀਆਂ ਸ਼ਹਿਰੀਆਂ ਪੂਰੀਆਂ ਹੋ ਗਏ ਨੇ, ਬੰਦੇ ਆ ਗਏ ਨੇ ਸਾਰੇ ਤੇ ਗੱਡੀਆਂ ਲੱਗ ਚੁੱਕੀਆਂ ਨੇ, ਤੇ ਆਪਾਂ ਹੈਗੇ ਆ 15 ਜਾਣੇ, ਹਰ ਇੱਕ ਗੱਡੀ 'ਚ 5-5 ਜਾਣੇ ਬੰਦੇ ਆਣੇ। ਹੋਰ ਆ ਭਾਰਤੀ ਗੱਡੀ, ਮੌਸਮ ਵੀ ਠੀਕ ਆ ਪੂਰਾ ਵਧੀਆ। ਚਲੋ ਬਾਈ ਚਲੋ ਚਲੋ ਚਲੋ, ਪਿੱਛੇ ਬਹਿਣਾ ਕੀ ਹੋ ਗਿਆ? ਚੱਲ ਬਾਈ ਜੇ ਬਹਿਣਾ ਵਾ ਚੱਲ, ਪੈਂਦਲ ਜਾਣੀ ਹੁੰਦਾ ਜਿਹੜਾ ਐਂਡਲ ਜਿਹੜਾ ਮੁੜਦਾ ਗੱਡੀ ਥੱਲੇ ਚੱਕੇ ਨੂੰ ਜੀ ਆਪਾਂ ਕਰਵਾਉਣ ਲੱਗਾ ਟੈਂਕੀ ਫੁੱਲ 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 ਕਰਾ ਦੀਏ ਫੁੱਲ 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 ਜੀਰੋ ਕਰਦੀ ਪਹਿਲਾਂ ਲੋ ਕਰਦੇ ਦੂਈ ਗੱਡੀ ਵੀ ਆਪਣੀ ਟੈਂਕੀ ਫੁੱਲ ਕਰਾ ਰਹੇ ਨੇ ਨੋਵਾ ਵਾਲੀ ਬਾਈ ਜੀ ਅੰਦਰ ਹੀ ਰੱਖ ਦੋ ਇਸ ਪੈ ਗਈ 4200 ਦਾ ਤੇਲ ਹੋ ਗਿਆ ਫੁੱਲ ਲੋ ਜੀ ਆਪਾਂ ਰੁਕੇ ਇਸ ਟਾਈਮ ਢਾਬੇ ਤੇ ਹੁਣ ਆਪਾਂ ਰੁਕੇ ਢਾਬੇ ਤੇ ਸਾਰੇ ਰੋਟੀ ਖਾਣ ਵਾਸਤੇ ਟਾਈਮ ਹੋ ਗਏ 2:30 ਵੱਜ ਗਏ ਨਾ ਜੀ 2:30 ਵੱਜ ਗਏ ਨੇ ਚਲੋ ਫਿਰ ਕਰੀਏ ਨਾਸਤਾ ਪਾਣੀ ਜੀ ਖਾ ਪੀ ਲੋ ਯਾਰ ਸਾਰੇ ਸਾਡਾ ਭਾਈ ਆ ਬੱਬਰ ਸ਼ੇਰ ਬੱਬਰ ਸ਼ੇਰ ਸਹੀ ਗੱਲ ਭਾਜੀ
ਮੈਨੂੰ ਪਹਿਲੇ ਕਹੇ 150 ਰੋਟੀ ਲਾ ਲਾ 150 ਤੋਂ ਰੋਟੀ ਲਾ ਭਾਜੀ ਉੱਥੇ ਮੇਨ ਹੈੱਡ ਬੰਦਾ ਕੋਈ 3.5 ਘੰਟਿਆਂ ਬਾਅਦ ਅਸੀਂ ਪਹੁੰਚ ਗਏ ਜੀ ਆਪਣਾ ਹੋਟਲ ਦੇ ਵਿੱਚ ਰੋਟੀ ਖਾਣ ਵਾਸਤੇ 2:30 ਵੱਜ ਗਏ ਨੇ ਸਫ਼ਰ ਅਸੀਂ ਕੱਢ ਲਿਆ ਵਾ 200 ਕਿਲੋਮੀਟਰ ਕੱਢ ਲਿਆ ਹੋਣਾ ਨਾ 150 ਕਿਲੋਮੀਟਰ 150 ਕਿਲੋਮੀਟਰ ਸਫ਼ਰ ਕੱਢ ਲਿਆ ਅਤੇ 150 ਕਿਲੋਮੀਟਰ ਪਿਆ ਵਾ ਰਿਸ਼ੀਕੇਸ਼ ਲੋ ਜੀ ਲੰਚ ਅਸੀਂ ਕਰ ਲਿਆ ਵਾ ਇੰਨੀ ਬੈਡ ਸਰਵਿਸ ਹੈ ਇਹਨਾਂ ਦੀ ਇੱਕ ਰੋਟੀ ਖਾ ਲਓ 15-15 ਮਿੰਟ ਵੇਟ ਕਰਨੀ ਪੈਂਦੀ ਆ ਇੱਕੋ ਹੀ ਬੰਦਾ ਲਾਇਆ ਵਾ ਇਹਨਾਂ ਨੇ ਕੋਈ ਬੰਦਾ ਸੈਟਿਸਫਾਈ ਨਹੀਂ ਹੈਗਾ ਇਹਨਾਂ ਦੀ ਸਰਵਿਸ ਤੋਂ ਢਾਬੇ ਦਾ ਨਾਂ ਕੀ ਹੈ ਮਯੂਰ ਬੇਕਾਰ ਢਾਬਾ ਜਮੀ ਚਾਹ ਦਾ ਟੇਸਟ ਕਰੋ ਕਿੱਦਾਂ ਦੀ ਆ ਹੁਣ ਚਾਹ ਦੇਖੋ ਗਾਈਸ ਕਿਵੇਂ ਚਾਹ ਪੀਣ ਲੱਗੇ ਨੇ ਸਾਰਾ ਹੋਟਲ ਹੀ ਘੇਰ ਲਿਆ ਵਾ ਕੋਈ ਕਿੱਥੇ ਬੈਠਾ ਕੋਈ ਕਿੱਥੇ ਖੜਾ ਵਾ ਚਾਹ ਪੀਣ ਦਾ ਤਰੀਕਾ ਦੇਖੋ ਹੋਟਲ ਵਾਲੇ ਵੀ ਬੰਦੇ ਤੰਗ ਕਰਤੇ ਵੀ ਰੋਟੀ ਖਾ ਕੇ ਰੁਕਦੀ ਨੀ ਹੈਗੀ ਮੰਗਾਈ ਹੋ ਜਾਂਦੇ ਨੇ ਵਾਰ ਵਾਰ ਉਹਨੇ ਡੱਬਾ ਹੀ ਖਾਲੀ ਕਰਤਾ ਸੌਂਫ ਵਾਲਾ ਸੌਂਫ ਦੇ ਮਿਸਤਰੀ ਵਾਲਾ ਆਹ ਬਾਈ ਨੇ ਬਹੁਤ ਰੋਟੀਆਂ ਖਾਧੀਆਂ ਨੇ ਆਹ ਵੀਰੇ ਨੇ ਬਹੁਤ ਸਭ ਤੋਂ ਜਿਆਦਾ ਇਹਨੇ ਖਾਧੀਆਂ ਰੋਟੀਆਂ ਨਾਲ ਹੀ ਆ ਗਏ ਮੂਹਰੇ ਨੇ ਪਿੱਛੋਂ ਕਰੇਟਾ ਹੈ ਵੀ ਉੱਤਰਾਖੰਡ ਦਾ ਹੀ ਹੈ ਨਾ ਇੱਥੋਂ ਦੇ ਭੇਤੀ ਆ ਸੰਕਰਾ ਹੈ ਸਾਵਧਾਨੀ ਜੇ ਜਮੀ ਪੁਲ ਤੰਗ ਆ ਤਾਂ ਕਰਕੇ ਖੜੇ ਆ ਵਨ ਵੇ ਆ ਪੁਲ ਇਹ ਹਾਂਜੀ ਅਸੀਂ ਹੁਣ ਪਹੁੰਚ ਚੁੱਕੇ ਪਹੁੰਚਣ ਵਾਲੇ ਹਾਂ ਜੀ ਦੇਹਰਾਦੂਨ ਨੂੰ ਤੇ ਪਹਿਲਾਂ ਅਸੀਂ ਜਾਣਾ ਸੀਗਾ ਹਰਿਦੁਆਰ ਵਾਲੀ ਸਾਈਡ ਬਟ ਬਾਈ ਮਿਸਟੇਕ ਸਾਡੇ ਕੋਲ ਜਿਹੜੀ ਗੱਡੀ ਆ ਉਹ ਹਰਿਦੁਆਰ ਨੂੰ ਪੈ ਗਈ ਆ ਦੇਹਰਾਦੂਨ ਨੂੰ ਪੈ ਗਈ ਆ ਤੇ ਦੇਹਰਾਦੂਨ ਦਾ ਇੱਦਾਂ ਵਾ ਕਿ ਜਿਹੜੇ ਰੋਡ ਆ ਇਹ ਸਿੰਗਲ ਲਾਈਨ ਆ ਇਸ ਕਰਕੇ ਇੱਥੇ ਟਾਈਮ ਬਹੁਤ ਜ਼ਿਆਦਾ ਲੱਗਦਾ ਵਾ ਤੇ ਰਿਸ਼ੀਕੇਸ਼ ਜਿਹੜਾ ਪੈਂਦਾ ਵਾ ਉਹ ਹਰਿਦੁਆਰ ਤੋਂ ਹੀ ਨੇੜੇ ਪੈਂਦਾ ਜੇ ਆਪਾਂ ਦੇਹਰਾਦੂਨ ਨੂੰ ਜਾਵਾਂਗੇ ਤਾਂ ਉੱਧਰੋਂ ਕੜਵੜ 15-20 ਕਿਲੋਮੀਟਰ ਵੱਧ ਪੈ ਜਾਂਦਾ ਵਾ ਪਹਾੜੀ ਏਰੀਏ ਕਰਕੇ ਹੁਣ ਆਹ ਦੇਖੋ ਇੱਥੇ ਕਿੰਨਾ ਟ੍ਰੈਫਿਕ ਆ ਲਾਈਨ ਲੱਗ ਜਾਂਦੀ ਆ ਪੂਰੀ ਸਿੰਗਲ ਵੇ ਆ ਨਾ ਰੋਡ ਤੇ ਜਿਉਂ ਜਿਉਂ ਅਸੀਂ ਉੱਪਰ ਵਧੀ ਜਾ ਰਹੇ ਹਾਂ ਇੱਥੋਂ ਦੇ ਜਿਹੜੇ ਪੇੜ ਨੇ ਦਰਖਤ ਨੇ ਉਹ ਚੇਂਜ ਹੋਈ ਜਾਂਦੇ ਨੇ ਆਪਣੇ ਪੰਜਾਬ ਦੇ ਨਾਲੋਂ ਜਿਹੜੇ ਦਰਖਤ ਆ ਕਾਫੀ ਫਰਕ ਹੈ ਇੱਥੋਂ ਦਾ ਹਵਾ ਵੀ ਹੁਣ ਇੱਥੇ ਮੌਸਮ ਵੀ ਠੰਡਾ ਹੋਣ ਲੱਗ ਗਿਆ ਵਾ ਤੇ ਦਿਨ ਰਾਤ ਦਾ ਵੀ ਫਰਕ ਆ ਉਰੇ ਹੁਣ ਉਹਦੇ ਹਨੇਰਾ ਵੀ ਛੇਤੀ ਹੋਣ ਲੱਗ ਗਿਆ ਵਾ ਤੇ ਬਾਕੀ ਕੋਈ ਨਹੀਂ ਹੁਣ ਤੁਹਾਨੂੰ ਰਿਸ਼ੀਕੇਸ਼ ਜਾ ਕੇ ਮਿਲਾਂਗੇ ਤੇ ਉੱਥੇ ਆਪਾਂ ਦਿਖਾਵਾਂਗੇ ਉੱਥੇ ਸਾਰਾ ਕੁਛ ਰਿਸ਼ੀਕੇਸ਼ ਦਾ ਇੱਥੋਂ ਦੇ ਲੋਕ ਇੱਕ ਗੱਲ ਹੋਰ ਹਾਂਜੀ ਅੰਕਲ ਜੀ ਵੀ ਜਿਵੇਂ ਜਿਵੇਂ ਆਪਾਂ ਉੱਪਰ ਜਾਈ ਜਾਂਦੇ ਹਾਂ ਲੋਕਾਂ ਦੇ ਮਤਲਬ ਜਿਹੜੀ ਹਾਈਟ ਉਹ ਵੀ ਛੋਟੀ ਹੋ ਜਾਂਦੀ ਆ ਨਾ ਗਾਵਾਂ ਵੀ ਡੇਢ ਬੁੱਟੀਆਂ ਨੇ ਗਾਵਾਂ ਵੀ ਤੈਨੂੰ ਦਿਖਾਵਾਂਗੇ ਸਾਡੇ ਬੁੱਟੀਆਂ ਗਾਵਾਂ ਨੇ ਸਾਡ ਵੀ ਪੈ ਹੁੰਦੇ ਨੇ ਛੋਟੇ ਛੋਟੇ ਉੱਥੇ ਤਾਂ ਬੱਚੇ ਆਪਣੇ ਜਿਹੜੇ ਹਾਂ ਡੈਰੀਆਂ ਆਪਣਾ ਇੱਥੇ ਕਿਸਾਨ ਲਿਆ ਗਿਆ ਛੱਤੇ ਕਹਿਣਾ ਕੀ ਦੇਵੋ ਲਿਆ ਗਿਆ ਇੱਥੇ ਤਾਂ ਸਾਨ ਡਰ ਜਾਣਗੇ ਸਹੀ ਗੱਲ ਆ ਛੋਟੇ ਛੋਟੇ ਜੇ ਸਾਨ ਨੇ ਬਾਕੀ ਟਰੂ ਹੈ ਜਾਂ ਗਲਤ ਹੈ ਤੁਸੀਂ ਕਮੈਂਟ ਚ ਜਰੂਰ ਦੱਸਿਓ ਚੱਕਰ
ਆ ਦੇਖੋ ਜੀ ਸੜਕਾਂ ਇੱਥੇ ਬਣਦੀਆਂ ਪਈਆਂ ਇਹ ਰਾਜ ਫੌਜ ਬਣਾਉਂਦੀ ਯਾਰ ਹਾਂ ਹਾਂ ਆਰਮੀ ਵਾਲੇ ਨਾ ਹਾਂ ਆਰਮੀ ਦੇ ਅੰਡਰ ਆਰਮੀ ਵਾਲੇ ਬਣਾਉਂਦੇ ਨੇ ਸਾਰੀ ਇਹ ਹੋਰ ਨਹੀਂ ਕੋਈ ਬਣਾ ਸਕਦਾ ਆਰਮੀ ਹੀ ਬਣਾਉਂਦੀ ਹੈ ਉਹ ਕੰਪੈਸ਼ਨ ਲੱਗਿਆ ਬਜਰੀ ਵੀ ਇੱਥੇ ਤਿਆਰ ਕਰਦੇ ਨੇ ਸਾਰੀ ਪਹਾੜਾਂ ਦੇ ਬਰਾਬਰ ਬੱਦਲ ਖੜੇ ਆ ਕਈ ਪਹਾੜਾਂ ਦੀਆਂ ਟੀਸੀਆਂ ਉੱਚੀਆਂ ਹੋਣਗੀਆਂ ਬੱਦਲ ਥੱਲੇ ਖੜੇ ਹੋਣਗੇ ਆਪਾਂ ਤਾਂ ਵੈਸੇ ਪਹਾੜਾਂ ਬੱਦਲਾਂ ਦੇ ਉੱਤੇ ਹੀ ਚਲੇ ਜਾਣਾ 18,000 ਫੁੱਟ ਉੱਚਾ ਹੈ ਹੇਮਕੁੰਟ ਸਾਹਿਬ 18,000 ਫੁੱਟ ਲੋ ਜੀ ਅਸੀਂ ਰਿਸ਼ੀਕੇਸ਼ ਪਹੁੰਚ ਚੁੱਕੇ ਹਾਂ ਕਾਲਾ ਵੀਰ ਵੀ ਪਹੁੰਚ ਗਿਆ ਵੀਰੇ ਠੀਕ ਹੈ ਸਹੀ ਸਲਾਮਤ ਬਾਈ ਓਕੇ ਆ ਉਲਟੀਆਂ ਬਾਲੇ ਗੰਦ ਪਾਇਆ ਤਾਂ ਫਰੈਂ ਨਾ ਉਲਟੀ ਕੀਤੀ ਅੱਗੇ ਮੈਂ ਨਾ ਅੱਗੇ ਅੱਗੇ ਮੈਂ 10 ਕਿਲੋਮੀਟਰ ਵਾਰ ਜਿੰਨੇ ਉਲਟੀ ਕਰ ਰਿਹਾ 300 ਕਿਲੋਮੀਟਰ ਵਾਰ ਤੇ ਆਇਆ ਇੱਕ ਉਲਟੀ ਵੀ ਨਹੀਂ ਆਈ ਕੀ ਬਾਤ ਹੈ ਪਾਲੀ ਦਾ ਸਿਰਾ ਪਾਲੀ ਇਹ ਵੀਡੀਓ ਦੇਖ ਲਵੇ ਨਾ ਨਾ ਯਾਰ ਪਾਲੀ ਨੂੰ ਪਤਾ ਲੱਗ ਜੇ ਕਾਲਾ ਸਹੀ ਸਲਾਮਤ ਪਹੁੰਚ ਗਿਆ ਵਾ ਦੇਖ ਲੋ ਕਾਲੇ ਦੇ ਦੇਖੋ ਜੀ ਕਾਲੇ ਘਰ ਦੇ ਮੁੰਡਾ ਬਹੁਤ ਖੁਸ਼ ਹੈ ਕਹਿੰਦਾ ਮੈਂ ਸਹੀ ਸਲਾਮਤ ਪਹੁੰਚ ਚੁੱਕਿਆ ਵਾ ਮਹਾਰਾਜ ਕਿਰਪਾ ਕਰੇ ਯਾਤਰਾ ਸਫਲੀ ਕਰੇ ਤੇ 8:15 ਹੋ ਗਏ ਨੇ ਰਿਸ਼ੀਕੇਸ਼ ਅਸੀਂ ਪਹੁੰਚ ਚੁੱਕੇ ਹਾਂ ਹਾਲੇ ਜਸਟ ਗੱਡੀਆਂ ਖਿਲਾ ਰਹੀਆਂ ਹੁਣ ਅਸੀਂ ਪਹਿਲਾਂ ਰੂਮ ਲੈਣੇ ਆ ਜਾ ਕੇ 9:18 ਅਸੀਂ ਆਪਾਂ ਕਮਰਾ ਬੁੱਕ ਕਰਵਾ ਰਹੇ ਹਾਂ ਤੇ ਲੋ ਜੀ ਇੱਧਰੋਂ ਆਪਾਂ ਕਮਰਾ ਬੁੱਕ ਕਰਵਾ ਕੇ ਤੇ ਇੱਧਰੋਂ ਆ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਆ ਰਜਿਸਟ੍ਰੇਸ਼ਨ ਕਰਵਾਓ ਸਾਰੇ ਜਣੇ ਰਜਿਸਟ੍ਰੇਸ਼ਨ ਕਰਵਾ ਲਈ ਹੈਗੀ ਆ ਇਹ ਆਪਾਂ ਨੂੰ ਟੈਗ ਮਿਲਿਆ ਉੱਤਰਾਖੰਡ ਟੂਰਿਜ਼ਮ ਡਿਵੈਲਪਮੈਂਟ ਬੋਰਡ ਸਾਰੇ ਬੰਦਿਆਂ ਦੀ ਰਜਿਸਟ੍ਰੇਸ਼ਨ ਹੋ ਗਈ ਆ ਸਿੱਖ ਮੈਟ੍ਰਿਕ ਗੈਲਰੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀਕੇਸ਼ ਇਹ ਸਾਰਾ ਆਪਣਾ ਜੋ ਇਤਿਹਾਸ ਹੈ ਨਾ ਜੀ ਕਹਿੰਦੇ ਨੇ ਨਾ ਉਹ ਅਰਦਾਸ ਚ ਵੀ ਚਾਹੁੰਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਲੀ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖਿਆਂ ਦੇ ਚੜੇ ਆਰਿਆਂ ਨਾਲ ਚਿਰਾਏ ਗਏ ਦੇਗਾਂ ਚ ਉਬਾਲੇ ਖਾਧੇ ਉਹ ਵਾਲਾ ਇਤਿਹਾਸ ਸਾਰਾ ਦੇਖੋ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਾਏ ਭਾਈ ਤਾਰੂ ਸਿੰਘ ਜੀ ਖੋਪੜੀਆਂ ਲੁਹਾਈਆਂ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਾਂ ਹੁਣ ਚੱਲੇ ਜੀ ਅੰਦਰ ਮੱਥਾ ਟੇਕਣ ਵਾਹਿਗੁਰੂ ਵਾਹਿਗੁਰੂ ਕੱਲ ਇੱਥੋਂ ਪਾਵਾਂਗੇ ਚਾਲੇ ਸਵੇਰੇ 5 ਵਜੇ ਹੁਣ ਆਪਾਂ ਚੱਲੇ ਹਾਂ ਜੀ ਲੰਗਰ ਛਕਣ ਅਤੇ ਭੁੱਖ ਵੀ ਬਹੁਤ ਲੱਗੀ ਆ ਟਾਈਮ ਬਹੁਤ ਹੋ ਗਿਆ ਘਰੋਂ ਵੀ ਤੁਰੇ ਸਵੇਰ ਦੇ ਅਤੇ ਲੰਗਰ ਛਕਦੇ ਹਾਂ
ਲੰਗਰ ਛਕ ਕੇ ਸੌਣ ਦਾ ਪ੍ਰਬੰਧ ਪੂਰਾ ਹੋ ਚੁੱਕਿਆ ਵਾ। ਕੱਲ ਨੂੰ ਸਵੇਰੇ ਤੁਰਾਂਗੇ 5 ਵਜੇ। ਰਿਸ਼ੀਕੇਸ਼ ਆ ਕੇ ਵੀ ਮੌਸਮ ਥੋੜਾ ਬਹੁਤਾ ਠੰਡਾ ਹੋ ਜਾਂਦਾ ਵਾ, ਪਰ ਇੰਨਾ ਨਹੀਂ ਹੁੰਦਾ ਜਿਵੇਂ ਆਪਣਾ ਨੋਰਮਲ ਪੰਜਾਬ ਜਿਵੇਂ ਹੁੰਦਾ ਵਾ, ਉਦਾਂ ਹੀ ਮੌਸਮ ਫੀਲ ਹੋ ਰਿਹਾ ਵਾ। ਬਟ ਅਸੀਂ ਜਦੋਂ ਤੁਰੇ ਸੀਗੇ ਪੰਜਾਬ ਦੇ ਵਿੱਚ ਬਹੁਤ ਮਤਲਬ ਮੀਂਹ ਪੈ ਰਿਹਾ ਵਾ, ਅਤੇ ਹਰਿਆਣੇ ਦੇ ਵਿੱਚ ਵੀ, ਅਤੇ ਸਾਡੇ ਅੱਧੇ ਬੰਦੇ ਡਾਵਾਂ ਡੋਲ ਸੀ, ਕਹਿੰਦੇ ਵੀ ਨਹੀਂ ਜਾਣਾ, ਅਸੀਂ ਆਏ ਹਾਂ। ਪਰ ਇੱਥੇ ਕੋਈ ਮੀਂਹ ਨਹੀਂ ਹੈਗਾ, ਸਿਰਫ ਪੰਜਾਬ ਦੇ ਹਰਿਆਣੇ ਸਟੇਟ ਦੀ ਮੀਂਹ ਆ ਕਰਦਾ। ਇੱਥੇ ਕੋਈ ਨਹੀਂ ਮੀਂਹ, ਸਾਰਾ ਸਾਫ਼ ਮੌਸਮ ਹੈ, ਅਤੇ ਮਾੜਾ ਸਫ਼ਰ ਇੱਥੇ ਕੱਲ੍ਹ ਨੂੰ ਕੋਈ ਮੀਂਹ ਮੂਹ ਨਾ ਟੱਕਰੇ ਆਪਾਂ ਨੂੰ। ਅਸੀਂ ਹਰਿਆਣੇ ਦਾ ਬਾਰਡਰ ਟੱਪੇ ਹਾਂ ਉੱਤਰਾਖੰਡ ਦੇ, ਜਦੋਂ ਅਸੀਂ ਐਂਟਰ ਹੋਏ ਨਾ ਸਾਨੂੰ ਕੋਈ ਮੀਂਹ ਟੱਕਰਿਆ, ਐਨ ਸਾਫ਼ ਬੱਦਲਬਾਈ ਤਾਂ ਬਣੀ ਹੋਈ ਸੀ ਪਰ ਮੀਂਹ ਹੈ ਨਹੀਂ ਸੀਗਾ, ਸਿਰਫ ਪੰਜਾਬ ਅਤੇ ਹਰਿਆਣੇ ਸਟੇਟ 'ਚ ਹੀ ਮੀਂਹ ਸੀਗਾ। ਅਤੇ ਸਾਡੇ ਲਈ ਬੜਾ ਹੀ ਪਲੱਸ ਪੁਆਇੰਟ ਹੈ ਕਿ ਕਾਹਲੂ ਆਪਾਂ ਜਾਣਾ ਗੋਬਿੰਦ ਘਾਟ ਨੂੰ, ਅਤੇ ਵਧੀਆ ਸੀਗਾ ਮੌਸਮ, ਇੱਥੇ ਮੀਂਹ ਨਹੀਂ ਹੈਗਾ, ਸਾਫ਼ ਸੁਥਰਾ ਮੌਸਮ ਆ ਸਾਰਾ। ਅਤੇ ਹੁਣ ਅਸੀਂ ਕਮਰੇ ਬੁੱਕ ਕਰਵਾ ਲਏ ਆ, ਉੱਪਰ ਜਾਂਦੇ ਕਮਰੇ ਨੂੰ।